ਲਾਡੋ ਭਲਵਾਨ ਦੀ ਕੁਰਸੀ ਲਾ ਕੇ ਰਹਿਦਾ ਸਾਡੀ ਕੁਰਸੀ ਲੈ ਆ ਚਲ ਪੁੱਤਰਾ ਕਿਦਾਂ ਦਾ ਫੋਨ ਕਿਦਾਂ ਦਾ ਐਰੋਪਲੇਨ ਤੇ ਕਰਕੇ ਰੱਖਣਾ ਸੀ ਨਾ ਯਾਰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਫੇਰ ਟਰਪਲ ਮਾਰਿਆ ਨਿਰਾ ਹੀ ਝੂਠ ਮਤਲਬ ਬਸ਼ਰਮੀ ਨਾਲ ਝੂਠ ਬੋਲਦਾ ਮੈਂ ਜ਼ਬਾਨ ਦਿੰਦਾ ਨਾ ਤੇ ਮੈਂ ਕਦੇ ਸੌਹਾਂ ਖਾਧੀਆਂ ਅਤੇ ਨਾ ਮੈਂ ਕਦੇ ਵਾਅਦੇ ਕੀਤੇ ਆ ਮੈਂ ਜ਼ਬਾਨ ਦਿੰਦਾ ਤੈਨੂੰ ਪ੍ਰਧਾਨ ਸਾਹਿਬ ਅਕਾਲੀ ਦਲ ਦੇ ਕਿ ਜੇ ਨਵਜੋਤ ਸਿੰਘ ਸਿੱਧੂ ਤੈਨੂੰ ਕਲੀਨ ਚਿੱਟ ਦੇਣ ਵਾਲੇ ਡੀ ਜੀ ਪੀ ਨੂੰ ਮਿਲਿਆ ਹੋਵੇ ਇੱਕ ਮੀਟਿੰਗ ਹੋਈ ਹੋਵੇ ਕਿਤੇ ਬੰਦ ਕਮਰਾ ਅਤੇ ਰਾਜਨੀਤੀ ਸਦਾ ਲਈ ਛੱਡ ਦੂੰ ਜਿਨ੍ਹਾਂ ਲੋਕਾਂ ਨੇ ਤੈਨੂੰ ਕਲੀਨ ਚਿੱਟ ਦਿੱਤੀ ਸਿੱਖ ਮੁੰਡਿਆਂ ਦੇ ਉੱਤੇ ਗੁਰਸਿੱਖ ਮੁੰਡੇ ਰੁਪਿੰਦਰ ਜਸਪਿੰਦਰ ਜਿਨ੍ਹਾਂ ਦੇ ਕੋਲ ਅਸੀਂ ਪੰਜ ਮੰਤਰੀ ਗਏ ਸੀ ਪਿੱਠਾਂ 'ਚ ਵਾਰ ਨਹੀਂ ਕਰਦਾ ਨਵਜੋਤ ਸਿੰਘ ਸਿੱਧੂ ਉਸ ਸੁਮੇਧ ਸੈਣੀ ਦੇ ਲਾਡਲੇ ਆਈ ਜੀ ਬਲੂ ਆਈਡ ਬੋਏ ਆਈ ਜੀ ਜਿਹਨੇ ਤੈਨੂੰ ਕਲੀਨ ਚਿੱਟ ਦਿੱਤੀ ਜੇ ਉਹਦੇ ਨਾਲ ਇੱਕ ਮੀਟਿੰਗ ਸਿੱਧੂ ਨੇ ਕੀਤੀ ਹੋਵੇ ਜਿਹੜਾ ਤੂੰ ਅਖਬਾਰਾਂ 'ਚ ਖਬਰਾਂ ਛੁਪਾਉਣਾ ਅਤੇ ਰਾਜਨੀਤੀ ਸਦਾ ਲਈ ਛੱਡ ਦੂੰਗਾ ਵੇ ਚੱਲ ਦੇ ਪਰੂਫ ਅਤੇ ਦੂਜੀ ਗੱਲ ਡਰ ਤੁਹਾਨੂੰ ਕਿਤੋਂ ਹੋਰ ਲੱਗਦਾ ਸਿੱਧੂ ਨੇ ਤਾਂ ਕਦੇ ਕਿਹਾ ਨਹੀਂ ਵੀ ਮੈਨੂੰ ਅਰੈਸਟ ਕਰਨਾ ਆਊ ਕੋਈ ਕਿਉਂਕਿ ਦਿਲ ਸਾਫ਼ ਹੈ ਕਿਉਂਕਿ ਨਾ ਤੇਰੇ ਵਾਂਗੂ ਸਿੱਧੂ ਦੀ ਕੋਈ ਬੱਸ ਚੱਲੇ ਨਾ ਰੇਤੇ ਦੀ ਖੱਡ ਚੱਲੇ ਨਾ ਕੋਈ ਸਾਡੇ ਹੋਟਲ ਨਾ ਕੋਈ ਸਾਡਾ ਧੰਦਾ ਅਤੇ ਡਰ ਤੈਨੂੰ ਇਸ ਕਰਕੇ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਕਿ ਈਡੀ ਦੀਆਂ ਰੇਡਾਂ ਪੈਂਦੀਆਂ ਉਹਨਾਂ ਫਾਸਟ ਵਾਲਿਆਂ 'ਤੇ ਪੈਂਦੀਆਂ ਜਿਨ੍ਹਾਂ 'ਤੇ ਮੈਂ ਉਂਗਲਾ ਚੱਕਦਾ ਸੀ ਜਿਹੜੇ ਮੋਨੋਪੋਲੀ ਬਣਾ ਕੇ ਰੱਖਦੇ ਸੀ ਅੱਜ ਉਹਨਾਂ ਦੇ ਤੁਹਾਡੇ ਸਾਂਝੇ ਖਾਤਿਆਂ ਦੇ ਵਿੱਚ ਆਦਾਨ ਪ੍ਰਦਾਨ ਹੋਣ ਦੇ ਸੁਰਿੰਦਰ ਪਹਿਲਵਾਨ ਦੇ ਅਤੇ ਜੁਝਾਰ ਦੇ ਪੂਰੇ ਚਰਚੇ ਹੈ ਅਖਬਾਰਾਂ 'ਚ ਖਬਰਾਂ ਲੱਗੀਆਂ ਅਤੇ ਦੱਸ ਮੈਨੂੰ ਪਹਿਲਾਂ ਵੀ ਇੱਥੇ ਜਿਹੜੇ ਮੁੱਖ ਮੰਤਰੀ ਹੁੰਦੇ ਸੀਗੇ ਉਹ ਕਠਪੁਤਲੀਆਂ ਬਣੇ ਰਹੇ ਸੈਂਟਰ ਦੀਆਂ ਸਰਕਾਰਾਂ ਦੇ ਅਤੇ ਨਚਾਉਂਦੇ ਰਹੇ ਉਹ ਤਾਥਾ ਥਈਆ ਤਾਥਾ ਥਈਆ ਅਤੇ ਹੁਣ ਕਿਹੜਾ ਬਦਲ ਗਿਆ ਕੁਛ ਅੱਜ ਵੀ ਤੂੰ ਡਰਿਆ ਹਾਲਾਂਕਿ ਕਰਪਸ਼ਨ ਦੀ ਆਰਟ ਤੁਸੀਂ ਮਾਸਟਰ ਕੀਤੀ ਹੋਈ ਹੈ ਲੇਕਿਨ ਅੱਜ ਈਡੀ ਦੀਆਂ ਰੇਡਾਂ ਪੈਂਦੀਆਂ ਫਾਸਟ ਵੇ ਵਾਲੇ 'ਤੇ ਸੁਰਿੰਦਰ ਦੇ ਲਿੰਕ ਨੇ ਪਹਿਲਵਾਨ ਦੇ ਜੁਝਾਰ ਨਾਲ ਜੁਝਾਰ ਦੌੜਿਆ ਪਤਾ ਨਹੀਂ ਦੌੜਾਇਆ ਜਾਂ ਦੌੜਿਆ ਇਹ ਵੀ ਮੈਨੂੰ ਪਤਾ ਨਹੀਂ ਪਰ ਇਹਨਾਂ ਹੀ ਕਾਰਨਾਂ ਦੇ ਕਰਕੇ ਤੁਸੀਂ ਪੰਜਾਬ ਗਿਰਵੀ ਧਰੇ ਗਏ ਤੁਸੀਂ ਵੇਚਤਾ ਪੰਜਾਬ ਤੁਸੀਂ ਬੋਲੀ ਲਾਤੀ ਸੂਬੇ ਦੀ ਅਤੇ ਸੈਂਟਰ ਦੀਆਂ ਸਰਕਾਰਾਂ ਤੁਹਾਡੀ ਬਾਂਹ ਮਰੋੜ ਕੇ ਤੁਹਾਤੋਂ ਕੰਮ ਕਰਾਉਂਦੀਆਂ ਰਹੀਆਂ ਤੁਹਾਨੂੰ ਕਠਪੁਤਲੀਆਂ ਬਣਾ ਕੇ ਨਚਾਉਂਦੀਆਂ ਰਹੀਆਂ ਮੂਹਰੇ ਤੁਸੀਂ ਸੀ ਪਿੱਛੋਂ ਉਹਨਾਂ ਦੀ ਆਵਾਜ਼ ਆਉਂਦੀ ਸੀ ਅਤੇ ਰਲ ਮਿਲ ਕੇ ਤੁਸੀਂ ਖੇਡਦੇ ਰਹੇ ਸਾਡੀ ਵਾਰੀ ਹੁਣ ਤੁਹਾਡੀ ਵਾਰੀ ਹੁਣ ਵਾਰੀ ਸਾਡੀ ਅਤੇ ਹੁਣ ਤੁਹਾਡੀ 75-25 ਅਤੇ ਹੁਣ 60-40 ਨਹੀਂ ਹੋਣ ਦੇਣਾ ਮਿੱਤਰਾ ਐਤਕੀ ਸਰਕਾਰ ਲੋਕਾਂ ਦੀ ਬਣਨੀ ਹੈ ਅਤੇ ਲੋਕਾਂ ਕੋਲ ਹੀ ਫਾਇਦੇ ਜਾਣੇ ਆ ਮੈਂ ਜਿਹੜੇ ਪੰਜਾਬ ਮਾਡਲ ਦੀ ਗੱਲ ਕਰਦਾ ਉਹਦੀ ਪਰਮਿਸ਼ਨ ਲਊ ਉੱਤੋਂ ਅਤੇ ਗਰੰਟੀ ਨਾਲ ਜਾਊਂ 500-700 ਵਾਅਦੇ ਨਹੀਂ ਕਰਨੇ ਨਾਲੇ ਤੇਰੇ ਵਾਲੇ ਭੜਕਾਊਂ 13 ਜਿਹੜੇ ਤੂੰ ਕੀਤੇ ਕਦੇ ਤੇਰਾ ਬਾਬੇ ਦੀ ਸੋਚ ਦੇ ਉੱਤੇ ਪਹਿਰਾ ਦਿੱਤਾ ਹਰ ਥਾਂ 'ਤੇ ਤੁਸੀਂ ਮੇਰਾ ਕਿਤੇ ਢਾਬੇ ਨਹੀਂ ਛੱਡੇ ਬੱਸਾਂ ਵਾਲਿਆਂ ਦੇ ਗੱਲ 'ਤੇ ਕਿਰਪਾਨਾ ਰੱਖ ਕੇ ਕਿਹਾ ਦੇ ਦਿਓ ਇੰਨੇ 'ਚ ਫੋਨ ਕੀਤੇ ਉਹਨਾਂ ਕਿਹਾ ਅੱਜ ਤਾਂ ਮਿਲਦੇ ਆ ਕੱਲ੍ਹ ਨੂੰ ਇੰਨੇ ਵੀ ਨਹੀਂ ਮਿਲਣੇ ਤੁਸੀਂ ਲੋਕਤੰਤਰ ਨੂੰ ਭੈ ਤੰਤਰ ਬਣਾਇਆ ਡੰਡਾ ਤੰਤਰ ਬਣਾਇਆ ਲੋਕਾਂ ਨੂੰ ਲੁੱਟਿਆ ਅਤੇ ਕੁੱਟਿਆ ਇਸੇ ਕਰਕੇ ਤੁਸੀਂ 13 ਸੀਟਾਂ 'ਤੇ ਆ ਗਏ ਇਸ ਕਰਕੇ ਸ਼ੜਯੰਤਰਾਂ ਵਾਲੀਆਂ ਗੱਲਾਂ ਮੇਰੇ ਨਾਲ ਨਾ ਕਰ ਮਿੱਤਰ ਪਿਆਰੇ ਜੇ ਤੇਰੇ ਕੋਲ ਪ੍ਰੂਫ ਹੈ ਮੈਂ ਰਾਜਨੀਤੀ ਛੱਡੂ ਚੱਲ ਲਿਆ
ਵੀ ਸੁਮੇਲ ਸੈਣੀ ਦਾ ਬਲੂ ਵਾਈਟ ਬੋਏ ਮੇਰੇ ਨਾਲ ਮੀਟਿੰਗ ਕਰ ਗਿਆ। ਮੈਂ ਤਾਂ ਪਹਿਲੇ ਦਿਨ ਤੋਂ ਡਟ ਕੇ ਖੜਾ ਤੇ ਜਿਹੜੀ ਗੁਰੂ ਦੀ ਬੇਅਦਬੀ ਦੀ ਗੱਲ ਹੈ ਅੱਜ ਨਹੀਂ ਚੱਕੀ, ਪਹਿਲੀ ਕੈਬਨਿਟ ਤੋਂ ਚੱਕੀ ਹੈ। ਤੁਹਾਡੇ ਪਾਪਾ ਜੀ ਵੀ ਛੁਰਲੀਆਂ ਛੱਡਦੇ ਰਹੇ ਮਾਸਟਰ, ਤੇ ਤੁਸੀਂ ਵੀ ਸ਼ਗੂਫੇ ਛੱਡਦੇ ਹੋ। ਲੇਕਿਨ ਕਈ ਲੋਕ ਇਮਾਨਦਾਰ ਨੇ, ਆਪਣੇ ਇਮਾਨ 'ਤੇ ਖੜ੍ਹੇ ਆ, ਉਹਨਾਂ ਦੀ ਇਮਾਨਦਾਰੀ ਦੇ ਉੱਤੇ ਕੋਈ ਉਂਗਲ ਨਹੀਂ ਚੱਕ ਸਕਦਾ। ਨਵਜੋਤ ਸਿੱਧੂ ਉਹਨਾਂ 'ਤੇ, ਉਹਨਾਂ ਦਾ ਪਹਿਰੇਦਾਰ ਹੈ। ਅਤੇ ਐਤਕੀ ਸਰਕਾਰ ਉਸੇ ਇਮਾਨਦਾਰੀ 'ਤੇ ਬਣੇਗੀ, ਉਸੇ ਮੋਰਲ ਅਥੋਰਿਟੀ 'ਤੇ ਬਣੇਗੀ ਅਤੇ ਉਸੇ ਕਿਰਦਾਰ ਦੇ ਉੱਤੇ ਬਣੇਗੀ। ਯਾਦ ਰੱਖੀ, ਜਿੱਦਣ ਮੀਟਿੰਗ ਕਰੂੰ ਸਾਰੀ ਦੁਨੀਆ ਨੂੰ ਦੱਸ ਕੇ ਕਰੂੰ। ਇਹ ਲੁੱਕ ਛਿਪ ਕੇ ਤੁਸੀਂ ਬਥੇਰਾ ਕੁਛ ਕਰਦੇ ਹੋ ਉੱਥੇ ਫਾਰਮ ਹਾਊਸਾਂ ਦੇ ਉੱਤੇ ਦਿੱਲੀ 'ਚ, ਹੈਂ ਇੱਥੇ ਗਾਲਾਂ ਕੱਢਦੇ ਹੋ, ਉੱਥੇ ਪੱਪੀਆਂ ਜੱਫੀਆਂ ਕਰਦੇ ਹੋ। ਸਾਰਿਆਂ ਨੂੰ ਪਤਾ ਫੋਟੋਆਂ ਨੇ ਲੋਕਾਂ ਕੋਲ, ਹੈਂ ਨਵਜੋਤ ਸਿੱਧੂ ਉਹਨਾਂ ਬੰਦਿਆਂ 'ਚੋਂ ਨਹੀਂ। ਮੈਨੇ ਜੋ ਕਹਿਣਾ ਥਾ ਦੋਸਤ ਵੋ ਕਹਿ ਦਿਆ, ਇਸ ਪੇ ਮੈਂ ਟਵੀਟ ਵੀ ਕਰੂੰਗਾ ਔਰ ਇਸ ਕੋ ਚੈਲੰਜ ਕਰਦਾ ਹੂੰ। ਉਹ ਕਹਿੰਦੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਮੇਰੇ 'ਤੇ ਜੋ ਵੀ ਕਾਰਵਾਈ ਕਰਨੀ, ਮੈਂ ਕਹਿ ਰਿਹਾ ਕਾਨੂੰਨ ਮੇਰੇ ਹੱਥ 'ਚ ਥੋੜ੍ਹਾ ਨਾ, ਜਿਹਨਾਂ ਕੋਲ ਕਾਨੂੰਨ ਆ ਉਹ ਕਰਨਗੇ, ਕਰ ਰਹੇ ਨੇ। ਮੈਂ ਮੰਗ ਕਰਦਾ, ਪਾਰਟੀ ਹਮੇਸ਼ਾ ਮੰਗ ਕਰਦੀ ਹੁੰਦੀ ਹੈ ਔਰ ਮੰਗ ਬੜੀ ਜਾਇਜ਼ ਹੈ। ਤੁਸੀਂ ਬਲੈਂਕਟ ਬੇਲ ਤੋੜਨ ਨੂੰ ਹਾਲ ਤੱਕ ਕਿਉਂ ਨਹੀਂ ਐਸ ਐਲ ਪੀ ਪਾਈ? ਤੁਹਾਨੂੰ ਤੋੜਾਉਣੀ ਚਾਹੀਦੀ ਸੀ ਜੇ ਇਨਵੈਸਟੀਗੇਸ਼ਨ ਕੰਪਲੀਟ ਕਰਨੀ ਹੈ। ਜੇ ਕੋਰਟ ਨੇ ਹਦਾਇਤ ਦਿੱਤੀ ਹੈ ਵੀ 6 ਮਹੀਨਿਆਂ ਦੇ ਵਿੱਚ ਤੁਸੀਂ ਪ੍ਰੈਫਰੇਬਲੀ ਇਹਨੂੰ ਖਤਮ ਕਰੋ, ਤਾਂ ਤੁਸੀਂ ਪਹਿਲਾਂ ਕੁਆਸ਼ ਕਰਾ ਦਿੱਤੀ, ਹੋਰ ਕੇਸ ਚਲੀ ਜਾਂਦਾ, ਦੂਈ ਫੇਰ ਕਹਿ ਕੁਆਸ਼ ਕਰਾ ਦਿਓਗੇ ਫੇਰ? ਅਤੇ ਜੇ ਕੋਰਟ ਨੇ ਤੁਹਾਨੂੰ ਪੁੱਛਿਆ ਵੀ ਹੁਣ ਦੱਸੋ ਵੀ ਕਿਉਂ ਨਹੀਂ ਕੀਤੀ, ਤਾਂ ਤੁਸੀਂ ਕਹੋਗੇ ਜੀ ਵੀ ਅਸੀਂ ਸੁਮੇਧ ਸੈਣੀ ਦੀ ਬਲੈਂਕਟ ਬੇਲ ਦੀ ਤੜਾਈ ਤੁਹਾਡੇ ਐਡਵੋਕੇਟ ਜਨਰਲ ਨੇ ਲਵਾ ਕੇ ਦਿੱਤੀ ਸੀ ਤੇ ਹੁਣ ਤੁਸੀਂ ਭਾਈ ਫਸਾਉਣਾ ਚਾਹੁੰਦੇ ਆ? ਕੋਈ ਇਹ ਕੋਈ ਚੂਹਾ ਹੈ ਜਿਹੜਾ ਮੈਂ ਕੜਕੀ 'ਚ ਫਸਾ ਲੂੰਗਾ? ਹੈਂ ਜੋ ਮਰਜ਼ੀ ਦੇਈ ਜਾਵੇ, ਕਹਿ ਕਾਨੂੰਨ ਜੋ ਕਹੂਗਾ, ਮੈਂ ਕਿਸੇ ਦਾ ਨਾਂ ਲਿਆ? ਤੁਹਾਨੂੰ ਕਿਉਂ ਲੱਗਦਾ ਤੁਹਾਡਾ ਹੀ ਨਾਂ ਹੈ? ਹੈਂ ਸਿੱਧੀ ਜੀ ਗੱਲ ਹੈ, ਸਾਜਿਸ਼ ਰਚ ਰਹੇ ਨੇ ਨਵਜੋਤ ਸਿੰਘ ਸਿੱਧੂ ਸਾਨੂੰ ਫਸਾਉਣ ਵਾਸਤੇ। ਅੱਛਾ, ਤੇ ਈਡੀ ਨੇ ਜਦੋਂ ਆ ਕੇ ਜਦੋਂ ਸਰਦੀ ਦੇ ਵਿੱਚ 6 ਪਾਣੀ ਦੀਆਂ ਬੋਤਲਾਂ ਪੀ ਗਿਆ ਸੀਗਾ, ਉਹ ਸਿੱਧੂ ਦੀ ਸਾਜਿਸ਼ ਸੀ? ਤੇ ਅੱਜ ਈਡੀ ਠੋਕਦੀ ਹੈ ਤੁਹਾਨੂੰ, ਉਹ ਕਿਹਦੀ ਸਾਜਿਸ਼ ਹੈ? ਅੱਜ ਤੁਹਾਡੇ ਸੀਐਮ ਦਾ ਘਰਾਵ ਕਰ ਰਹੇ ਨੇ। ਮੈਂ ਕਿਹਾ ਸੀਐਮ ਦਾ ਘਰਾਵ ਇਹਨਾਂ ਡਰਾਮਾ ਕਰਨਾ ਕਰ ਹੀ ਜਾਣ, ਲੇਕਿਨ ਜੇ ਘਰਾਵ ਕਰਨਾ ਹੀ ਹੈ ਤਾਂ ਈਡੀ ਵਾਲਾ ਕਰਨ, ਜਾ ਕੇ ਬੈਠਣ ਪ੍ਰਾਈਮ ਮਿਨਿਸਟਰ ਦੇ ਆਫਿਸ ਦੇ ਅੱਗੇ ਵੀ ਸਾਡਾ ਪਿਆਰਾ ਜੁਝਾਰ ਲੁੱਟ ਲਿਆ, ਉਹਦੇ ਥਰੂ ਅਸੀਂ ਪੈਸੇ ਕਮਾਉਂਦੇ ਸੀ, ਉਹਦੇ ਥਰੂ ਅਸੀਂ ਕੇਬਲ ਚਲਾਉਂਦੇ ਸੀ, ਉਹਨੂੰ ਕੋਈ ਉਹਦੇ 'ਤੇ ਟੈਕਸ ਨਹੀਂ ਲਾਇਆ, ਅਸੀਂ ਸਟੇਟ ਨੂੰ ਪੰਜੀ ਨਹੀਂ ਆਈ ਅਤੇ ਖਰਬਾਂ ਰੁਪਈਏ ਖਾ ਗਏ, ਸਰਵਿਸ ਟੈਕਸ ਕਰੋੜਾਂ ਦੇ ਖਾ ਗਿਆ ਉਹ। ਇਹਨੇ ਕੀ ਕਾਰਵਾਈ ਕੀਤੀ ਉਹਦੇ? ਇਹ ਤਾਂ ਉਹਦਾ ਲਾਡਲਾ ਪੁੱਤਰ ਹੈ ਜੁਝਾਰ। ਅਤੇ ਮੈਂ ਜਦੋਂ ਉਹਦੀ ਮਾਲ ਤੋੜਨ ਆਇਆ ਸੀ, ਕੌਣ ਅਕਾਲੀ ਖੜ੍ਹੇ ਸੀ ਕਿ ਨਹੀਂ ਉੱਥੇ? ਮੈਂ ਤੁਹਾਨੂੰ ਕਹਿ ਰਿਹਾ ਕਿ ਪਹਿਲਾਂ 75-25 ਚੱਲਦੀ ਰਹੀ ਹੈ, ਹੁਣ ਤੇਰੀ 60-40 ਨਹੀਂ ਚੱਲਣ ਦੇਣੀ। ਖੇਤੀ ਕਾਨੂੰਨਾਂ ਜਿਹੜੇ ਫਸਲਾਂ ਦੇ MSP ਦੇਣਾ ਸੰਭਵ ਨਹੀਂ ਹੈ।